بسم اللہ الرحمن الرحیم حیاتی انسان انسانوں اج ماندی ہے جی ادھر ہاتھ کا کوئی کھڑونا ہو سیا آخر نے کہ ازمیشہ یہ ازمش کا دجا نہ آنے پر میں نہیں ماندہ کیوں جے قدی یہ ازمیشہ اج بھی نے کہ بندہ چاہدے ہوا بھی یہاں سہ نہیں سکتا آج تھوڑی دیر پہلے اطلاع ملی کہ زیاد شاہدوری دنیا تو کرا کر گئے میں کہ اجنیاں خبریں از ازمائشہ روپ دار رو کے بندے دستی ہیں کہ ہزاتی یہاں کا ہی نام ਨਹੀਂ ਯਾਰ ਇਹ ਨਹੀਂ ਆ ਤਿੱਕਵੇਂ ਹੋ ਸਕਦੀ ਕਿ ਤੁਹਾਡੇ ਕੋਲੋਂ ਅਜਿਹਾ ਹੀ ਸੈ ਖੁੱਸ ਜਾਵੇ ਜਿਹਦਾ ਕੋਈ ਮੁਤਬਾਦਲ ਹੀ ਨਾ ਹੋਵੇ ਤੇ ਤੁਹਾਨੂੰ ਆਖਿਆ ਜਾਏ ਕਿ ਨਾ ਦੁੱਖਾਂ ਦੇ ਨਾ ਆ ਜਾਂਦੀ ਹੈ ਕੋਈ ਅਜਿਹਾ ਦੁੱਖ ਕਿਵੇਂ ਸਹਿ ਸਕਦਾ ਹੈ ਜਿਹਦਾ اظہار ਹੀ ਮੂੰਹੋਂ ਨਾ ਹੋਵੇ ਤੇ ਨਾ ਹੀ ਉਹਨਾਂ ਦੇ ਤੇ ਕੋਈ ਮਰਮ ਪਰ ਸਕਦਾ ਹੋਵੇ ਜ਼ਿਆ ਸਾਹਿਬ ਟਰ ਗਿਆ ਇਹ ਜਹਾਨੋਂ ਕੂਚ ਕਰ ਗਿਆ ਜਿੱਥੇ ਉਹ ਜ਼ਿੰਦਾ ਲੈਜੈਂਡ ਦੇ ਤੌਰ ਤੇ ਪਛਾਨੇ ਗਏ ਜ਼ਿਆ ਸਾਹਿਬ ਕੋਈ ਆਮ ਆਦਮੀ ਨਹੀਂ ਸਭ ਇੱਕ ਜ਼ਮਾਨਾ ਸਨ ਅਜਾ ਦੌਰ ਸਨ ਜਿਨੇ ਜਦੀਦ ਸਾਫਤ ਦੀ ਨਹੀਂ ਰੱਖੀ ਤੇ ਫਿਰ ਇਹਦੇ ਉੱਤੇ ਉਹ ਅਮਾਰਤ ਵੀ ਉਸਾਰੀ ਜਿਹੜੀ ਉਹਨਾਂ ਦੀ ਆਜ਼ਾਦੀ ਦਾ ਮਕਸਦ ਸੀ ਉਹਨਾਂ ਰੋਜ਼ਨਾਮਾ ਖਬਰਾਂ ਤੇ ਖਬਰਾਂ ਨੂੰ ਆਪਣੇ ਖਾਬਾਂ ਦੀ ਤਾਬੀਰ ਬਣਾਇਆ ਇਹ ਅਖਬਾਰ ਨਹੀਂ ਉਹਨਾਂ ਦਾ ਇਸ਼ਕ ਸੀ ਅਜਾਇਆ ਇਸ਼ਕ ਜਿਨੇ ਹਜ਼ਾਰਾਂ ਤਾਲਬ ਇਲਮ ਸਾਫੀਆ ਦੀ ਤਰਬੀਅਤ ਕੀਤੀ ਉਹਨਾਂ ਨੂੰ ਖਬਰੀਅਤ ਦੇ ਨਾਲ ਨਾਲ ਅਦਬ ਅਸ਼ਨਾ ਵੀ ਕੀਤਾ ਜ਼ਿਆਦਾ ਸਭ ਬਾਰੇ ਘੱਟ ਲੋਕ ਜਾਣਦੇ ਨੇ ਕਿ ਉਹਨਾਂ ਦੇ ਕਾਲਮ ਹੋਣ ਸਿਆਸੀ ਕਿਤਾਬਾਂ ਜਾਂ ਫਿਰ ਆਲਮੀ ਮੰਜ਼ਰਨਾਮੇ ਹਰ ਜੁਮਲਾ ਹਰ ਪੈਰਾ ਮੁਕੰਮਲ ਅਦਬ ਸੀ ਅਜੇ ਅਸੇ ਪਰਸੀ ਕਿ ਤੁਸੀਂ ਅਦਬ ਜਾਂ ਸਾਫਤ ਦੇ ਜਿਸ ਸਾਫੀ ਉੱਤੇ ਚਾਹੋ ਪਰਖ ਲਵੋ ਉਹਨਾਂ ਦੀ ਹਰ ਲਿਖਤ ਸਾਫਤ ਅਦਬ ਦੇ ਦੁਆ ਮਜਾਦਾ ਉੱਤੇ ਸੱਚੀ ਤੇ ਖਰੀ ਸਾਬਤ ਹੋਵੇਗੀ ਉਹ ਸ਼ੋਰਸ ਕਸ਼ਮੀਰੀ ਤੇ ਮੌਲਾ ਜ਼ਫਰ ਖਾਨ ਦੀ ਰਵਾਇਤ ਦੇ ਅਮੀਨ ਸਨ ਮੈਂ ਜੀ ਇਮਾਨਦਾਰੀ ਨਾਲ ਗੱਲ ਕਰਾਂ ਸਾਡੇ ਮੁਲਕ ਵਿੱਚ ਉਹਨਾਂ ਤੋਂ ਇਲਾਵਾ ਸਿਰਫ ਮਜੀਬੁਰ ਮਨ ਸ਼ਾਮੀ ਸਾਹਿਬ ਹੀ ਹੈ ਜਿਹੜੇ ਇਸ ਮਰਤਬੇ ਦੇ ਸਾਫੀ ਜਾਂ ਮਦੀਰ ਹਨ ਬਾਕੀ ਸਭ ਛਾਂ ਬੂਰਾ ਹੈ ਮੇਰਾ ਜ਼ਿਆ ਸਾਹਿਬ ਨਾਲ ਅਜੀਬ ਤਾਲੁਕ ਸੀ ਇਹ ਤਾਲੁਕ ਇਖਲਾਫਾਤ ਤੋਂ ਸ਼ੁਰੂ ਹੋਇਆ ਤੇ ਫਿਰ ਅਜੇ ਹੀ ਮੁਹੱਬਤ ਵਿੱਚ ਤਬਦੀਲ ਹੋ ਗਿਆ ਜਿਹਨੂੰ ਮੈਂ ਜਾਓ ਕਦੀ ਕੋਈ ਨਾਂ ਨਹੀਂ ਦੇ ਸਕੇ ਮੈਂ ਜ਼ਿਆ ਸਾਹਿਬ ਨਾਲ ਕਈ ਵਾਰੀ ਰੁੱਸਿਆ ਤੇ ਕਈ ਵਾਰੀ ਲੜਿਆ ਪਰ ਮੈਨੂੰ ਕਦੇ ਇਹ ਨਹੀਂ ਲੱਗਿਆ ਕਿ ਉਹ ਮੇਰੇ ਤੋਂ ਨਾਰਾਜ਼ ਨੇ ਅਸੀਂ ਜਦ ਵੀ ਮਿਲੇ ਇੰਜ ਹੀ ਮਿਲੇ ਜਿਵੇਂ ਕਦੀ ਕੁਝ ਹੋਇਆ ਹੀ ਨਹੀਂ ਕੋਈ ਨਾਰਾਜ਼ਗੀ ਸੀ ਤੇ ਨਾ ਕੋਈ ਗਿਲਾ ਸੱਚੀ ਗੱਲ ਦੱਸਾਂ ਤੇ ਇਹਦੇ ਵਿੱਚ ਸਾਰੀ ਖੂਬੀ ਜ਼ਿਆ ਸਾਹਿਬ ਦੀ ਹੁੰਦੀ ਸੀ ਕਿਉਂ ਜੇ ਮੈਂ ਤੇ ਇੱਡਾ ਸੀਮ ਇਨਸਾਨ ਨਹੀਂ ਹਾਂ ਕਿ ਆਪਣੇ ਹੁੱਸੇ ਨਾਰਾਜ਼ਗੀ ਜਾਂ ਦਿਲ ਦੇ ਮੈਲ ਨੂੰ ਇੱਕ ਲਮੇ ਅੰਦਰ ਇਨਸਾਫ ਕਰ ਦੇਵਾ ਜਿਵੇਂ ਕਦੀ ਕੁਝ ਹੋਇਆ ਹੀ ਨਹੀਂ ਸੀ ਇਹ ਹੌਸਲਾ ਜ਼ਿਆਸ ਸਾਹਿਬ ਦਾ ਸੀ ਕਿ ਮੇਰੇ ਨਾਲ ਨਾਰਾਜ਼ ਹੋ ਕੇ ਵੀ ਕਦੀ ਨਾਰਾਜ਼ ਨਹੀਂ ਹੋਏ ਮੈਂ ਕੀ ਹਜ਼ਾਰਾਂ ਲੋਕਾਂ ਕੀ ਗਵਾਹੀ ਦੇਣਗੇ ਕਿ ਜ਼ਿਆਸ ਸਾਹਿਬ ਦਾ ਗੁੱਸਾ ਨਾਰਾਜ਼ਗੀ ਜਾਂ ਗਿਲਾ ਹਮੇਸ਼ਾ ਵਕਤੀ ਹੁੰਦਾ ਸੀ ਉਹਨਾਂ ਕਦੀ ਕਿਦੂਰਤਾ ਨਹੀਂ ਪਾਲੀਆਂ ਦੂਜਿਆਂ ਨਾਲ ਇਖਤਿਲਾਫ ਜ਼ਰੂਰ ਕਰਦੇ ਪਰ ਕਦੀ ਨਫ਼ਰਤਾਂ ਨਹੀਂ ਪਾਲਦੇ ਆਪਣੀ ਪੂਰੀ ਜ਼ਿੰਦਗੀ ਵਿੱਚ ਐਡਾ ਬਾਹਮਤ ਰਸਾਮ ਨੇ ਵੇਖਿਆ ਅਜੀਅਤੀ ਦੀਆਂ ਉਕੜਾਂ ਨੂੰ ਜਿਵੇਂ ਉਹਨਾਂ ਬਰਦਾਸ਼ਤ ਕੀਤਾ ਕੋਈ ਹੋਰ ਹੁੰਦਾ ਘੋਰ ਕਦੋਂ ਦਾ ਟੁੱਟ ਜਾਂਦਾ ਅਦਨਾਨ ਸ਼ਾਹ ਦੀ ਬੇਮਕਮ ਮੌਤ ਜਿਆ ਸਾਦਮਾ ਕੋਈ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਐਡਾ ਜਵਾਨ ਤੇ ਸੋਹਣਾ ਪੁੱਤਰ ਹੱਥੋਂ ਟਰ ਗਿਆ ਜਿਆ ਸਾਹਿਬ ਆਪਣੇ ਅੰਦਰੋਂ ਅੰਦਰ ਜਲ ਗਿਆ ਕੋਈ ਵੀ ਹੋਰ ਹੁੰਦਾ ਕਦੀ ਦੁਬਾਰਾ ਨਾ ਉੱਠਦਾ ਪਰ ਇਹ ਤਾਂ ਜਿਆ ਸਾਹਿਦ ਸੀ ਉਹ ਜਿਆ ਸਾਹਿਦ ਜਿਨੇ ਹਯਾਤੀ ਨੂੰ ਹਮੇਸ਼ਾ ਚੈਲੰਜ ਕਰਕੇ ਉਹਦੀਆਂ ਸਖਤੀਆਂ ਦਾ ਮੁਕਾਬਲਾ ਕੀਤਾ ਉਹ ਇਸ ਦੁੱਖ ਨੂੰ ਵੀ ਆਪਣੇ ਸਿਰ 'ਤੇ ਲਾ ਕੇ ਫਿਰ ਖਲੋ ਗਿਆ ਕਿ ਰੱਬਾ ਤੇਰੀ ਹੀ ਹਮਤ ਸੀ ਤੇਰੇ ਹਵਾਲੇ ਕੀਤੀ ਇਮਤਾਨ ਦੇਤੇ تے میری پین یاسمی انہوں نے بہت ساتھ دتا دی مد بنے تے ہر لمحے اوصلہ بان کے نار رہا پر قدو تھی تک اخیر زیاد صاحب بھی سے منزل والا ٹر گیا جیلی ہر بشر دی منزل ہے نبیاں ولیاں چنگیاں مدیاں سب نے اپنے سچے کول نبھادے ہوئے اس سے رب والا ٹر جانا ہے جنہیں نے سانوں اپنے نبی دی امت پیدا کر کے سارے اتنے عظیم احسان کیتا ہے زیاد صاحب اچھے تر گئے ہیں میرے دور کی صافت امام چلا گیا ہے 아이 ਸਾਡੀ ਉਸافت ਬੰਗਈ ਜਿਹਦੇ ਬਾਨੀ ਸ਼ੋਰਸ਼ ਕਸ਼ਮੀਰੀ ਸੰ ਤੇ ਇਹਨੂੰ ਦੁਆਮ ਜ਼ੈ ਸ਼ਾਹਦ ਰਬਖਸਿਆ ਅੱਜ ਇੱਕ ਦੁਨੀਆ ਮੁਗਈ ਹੈ ਤਾਰੀਖ ਦਾ ਵਰਕਾ ਪਾਟ ਗਿਆ ਹੈ ਜਿਹਦੇ ਅੰਦਰ ਫਲਸਫੇ ਤੋਂ ਲੈ ਕੇ ਮੰਤਰ ਤੀਕਰ ਤਸਾਫਤ ਤੋਂ ਲੈ ਕੇ ਅਦਬ ਤੀਕਰ ਹਰ ਹਵਾਲਾ ਸੀ ਜਿਹੜਾ ਕਿਸੇ ਆਮ ਬੰਦੇ ਨੂੰ ਅਜੀਬ ਬਰਾ ਦਿੰਦਾ ਹੈ ਜ਼ਿਆਸਤ ਚਲੇ ਗਿਆ ਅਸੀਂ ਵੀ ਟੁੱਟ ਜਾਣਾ ਹੈ ਪਰ ਸੱਚੀ ਗੱਲ ਇਹ ਵੀ ਕਿ ਮੇਰੇ ਜਿਹਾ ਲੋਕਾਂ ਦੇ ਜਾਨ ਨਾਲ ਸ਼ਾਇਦ ਕੋਈ ਫਰਕ ਨਾ ਹੋਵੇ ਪਰ ਜ਼ਿਆਸਤ ਸਾਹਿਬ ਜੈਸੇ ਲੋਕਾਂ ਦਾ ਜਾਣਾ ਇੱਕ ਜ਼ਮਾਨੇ ਦਾ ਮੁੱਕ ਜਾਣਾ ਹੈ ਜ਼ਿਆਸਤ ਸਾਹਿਬ ਦਾ ਜਾਣਾ علم و دے ایک باپ دا خاتمہ ہے اج میں بہت دکھی ہاں اس کر کے نہیں کہ ایک اخبار نے ٹر گیا اس کر کے کہ انہوں خوب پوریا گیا جتے علم و ہنر کے پیاسے اپنی ترے بجاندے سن میرے کو لو اکھر ہی نہیں کہ میں اپنے برخوردار امتنان شاہد اظہارے افسوس کر لما. کہ میں آکھاں گا کہ بیٹا بہت افسوس ہویا کیوں جی و اکھر ہی تخلیق نہیں ہوئے جہے زیادہ شاید جی انسان دے ٹر جانتے ہرکتا اظہار بن بس ਇਹ ਨਹੀਂ ਆਖਾਂਗਾ ਜਾ ਔਰ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਇਹ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ